ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੀਵੀਓ ਕਾਪ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਵੀਡੀਓ ਬਾਬੇ ਪੂਰੀ ਦੇਖੋ ਤਾਂ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਨਹੀਂ ਵਧੀਆ ਲੱਗੀ ਡਿਸਲਾਈਕ ਕਰ ਦਿਓ ਕੋਈ ਚੱਕਰ ਨਹੀਂ ਤੇ ਜਿਹੜਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਇਹ ਤੇ ਅੱਜ ਦੀ ਵੀਡੀਓ ਆਪਣੀ ਹੋਣ ਵਾਲੀ ਹੈ ਇੱਕ ਮੋਬਾਈਲ ਫੋਨ ਕੰਪਨੀ ਬਾਰੇ Google Pixel ਦੀ ਗੱਲ ਆਪਾਂ ਕਰਾਂਗੇ। ਸੋ Google Pixel ਸੀਰੀ ਦੀ ਸ਼ੁਰੂਆਤ ਹੁੰਦੀ ਹੈ 2016 ਦੇ ਵਿੱਚ ਤੇ 2016 ਚ ਆਪਦਾ ਪਹਿਲਾ ਫੋਨ ਲੈ ਕੇ ਆਉਂਦੇ ਆ। Google Pixel 1 ਨਾਮ ਤੋਂ ਤੇ ਇੱਕ ਇਹਦਾ ਮਾਡਲ ਹੋਰ ਕੱਢਦੇ ਆ 1 XL ਕਰਕੇ ਉਸ ਤੋਂ ਪਹਿਲਾਂ ਇਹ Nexus ਨਾਮ ਤੋਂ ਫੋਨ ਬਣਾਉਂਦੇ ਹੁੰਦੇ ਸੀ ਤੇ 2016 ਦੇ ਵਿੱਚ Nexus ਲਾਈਨ ਨੂੰ ਆਪਦੀ ਨੂੰ ਬੰਦ ਕਰਕੇ Pixel ਸੀਰੀਜ਼ ਕੱਢਦੇ ਆ ਤੇ ਇਹ ਹੁਣ ਬਾਬੇ ਮੈਨੂਫੈਕਚਰ ਕੀਤਾ ਜਾਂਦਾ HTC ਕੰਪਨੀ ਵੱਲੋਂ ਤੇ ਬਾਕੀ ਦਾ ਜਿਹੜਾ ਸੌਫਟਵੇਅਰ ਦਾ ਕੰਮ ਆ Google ਆਪਸਾਮ ਦਾ ਤੇ ਫੋਨ ਬਹੁਤ ਵਧੀਆ ਸਭ ਤੋਂ ਵੱਧ ਪਿਕਸਲ ਫੋਨਾਂ ਦੀ ਖਾਸੀਅਤ ਦੀ ਆਪਾਂ ਗੱਲ ਕਰੀ ਤਾਂ ਇਹਨਾਂ ਦੀ ਖਾਸੀਅਤ ਇੱਕੋ ਇੱਕ ਰਹੀ ਆ ਕਿ ਇਹ ਹਾਰਡਵੇਅਰ ਤੇ ਗੂਗਲ ਨੇ ਕਦੇ ਫੋਕਸ ਨਹੀਂ ਕੀਤਾ ਗੂਗਲ ਨੇ ਜਿੰਨਾ ਵੀ ਆਪਦਾ ਫੋਕਸ ਕੀਤਾ ਸੌਫਟਵੇਅਰ ਤੇ ਕੀਤਾ ਤੇ ਜੇ ਆਪਾਂ ਗੂਗਲ ਦੇ ਕੈਮਰੇ ਦੀ ਗੱਲ ਕਰੀਏ ਪਿਕਸਲ 1 ਤੋਂ ਲੈ ਕੇ ਪਿਕਸਲ 5 ਤੱਕ ਉਹੀ 12.2 ਮੈਗਾਪਿਕਸਲ ਦਾ ਕੈਮਰਾ ਰਹਿੰਦਾ ਤੇ ਪਰ ਪਿਕਸਲ 1 ਜਿਹੜਾ ਸੀਗਾ ਆਪਦੇ ਸਮੇਂ ਦੇ ਫੋਨ ਜਿਵੇਂ ਆਪਾਂ ਆਈਫੋਨ 7 ਦੀ ਗੱਲ ਕਰਦੇ ਆ ਆਈਫੋਨ 7 ਦੇ ਕੈਮਰੇ ਨਾਲੋਂ ਬਹੁਤ ਹਾਲਤਾਂ ਦੇ ਵਿੱਚ ਬੈਡ ਨਿਕਲ ਕੇ ਆਉਂਦਾ ਪਿਕਸਲ 1 ਦਾ ਕੈਮਰਾ ਦੋਨੇ ਫੋਨ 2016 ਦੇ ਵਿੱਚ ਲਾਂਚ ਹੁੰਦੇ ਅਤੇ ਪਰ ਕਿਤੇ ਨਾ ਕਿਤੇ ਪਿਕਸਲ 1 ਦਾ ਕੈਮਰਾ ਜਿਆਦਾ ਵਧੀਆ ਚਾਹੀਏ ਆਪਾਂ ਨਾਈਟ ਫੋਟੋਗ੍ਰਾਫੀ ਦੀ ਗੱਲ ਕਰੀਏ ਜਾਂ ਆਪਾਂ ਡਾਇਨਾਮਿਕ ਰੇਂਜ ਦੀ ਗੱਲ ਕਰੀਏ ਬਾਕੀ ਦਾ ਬਾਬੇ ਗੱਲਾਂ ਦੀ ਗੱਲਾਂ ਜਿਹੜਾ ਪੋਰਟਰੇਟ ਮੋਡ ਆ ਉੱਪਰ ਚੱਲਤ ਹੁੰਦਾ ਜਦੋਂ ਆਈਫੋਨ 7 ਪਲੱਸ ਆਉਂਦਾ ਆਈਫੋਨ ਵਾਲੇ ਆਪਦਾ ਪੋਰਟਰੇਟ ਲੈ ਕੇ ਆਉਂਦੇ ਆ ਬਾਕੀ ਕੰਪਨੀਆਂ ਉਸੇ ਦੌੜ 'ਚ ਲੱਗ ਜਾਂਦੀਆਂ ਸੀ ਪੋਰਟਰੇਟ ਕੱਟਣਾ ਸੀ ਪੋਰਟਰੇਟ ਕੱਟਣਾ ਜੇ ਆਪਾਂ ਚਾਈਨੀਜ਼ ਕੰਪਨੀਆਂ ਦੀ ਗੱ ਆਹ ਮੈਕਰੋ ਕੈਮਰਾ ਹੋ ਗਿਆ 4 ਕਵਾਡ ਕੈਮਰਾ ਸੈਟਅਪ ਹੋ ਗਿਆ 트리플 ਕੈਮਰਾ ਸੈਟਪ ਹੋ ਗਿਆ Google ਨੇ ਕਦੇ ਵੀ ਉਹ ਰੇਸ ਦਾ ਕੂੜਾ Google ਬਣਿਆ ਨਹੀਂ ਇਹਨਾਂ ਨੇ ਆਪ ਦਾ ਇੱਕੋ ਕੈਮਰਾ ਰੱਖਿਆ ਤੇ ਇੱਕ ਸੌਫਟਵੇਅਰ ਅਪਡੇਟ ਦੇ ਨਾਲ Pixel 1 ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਪੋਰਟਰੇਟ ਮੋਡ ਆ ਉਹ ਪਾਤਾ ਸੀ ਤੇ ਸਿਰਫ ਪ੍ਰਾਈਮ ਕੈਮਰੇ ਵਿੱਚ ਨਹੀਂ ਸੈਲਫੀ ਕੈਮਰੇ ਤੇ ਵੀ ਉਹ ਮੋਡ ਬਹੁਤ ਵਧੀਆ ਕੰਮ ਕਰਦਾ ਤੁਸੀਂ ਆ ਫੋਟੋਆਂ ਦੇਖ ਲਓ ਚਾਈਨਸ ਬਹੁਤ ਸਾਰੀਆਂ ਚਾਈਨਸ ਕੰਪਨੀਆਂ ਤੋਂ ਵਧੀਆ ਕੰਮ ਕਰਦਾ ਏ ਮੋਡ ਸਿਰਫ ਇੱਕ ਸੌਫਟਵੇਅਰ ਦਾ ਅਪਡੇਟ ਨਾਲ ਦਿੱਤਾ ਹੋਇਆ ਇਹ ਦੇ ਵਿੱਚ ਕੋਈ ਹਾਰਡਵੇਅਰ ਦਾ ਕੋਈ ਕੰਮ ਹੀ ਹੈ ਨਹੀਂਗਾ ਜਿੱਥੇ ਆਈਫੋਨ ਵਰਗੀਆਂ ਕੰਪਨੀਆਂ ਨੂੰ ਦੋ ਦੋ ਕੈਮਰੇ ਲਾਉਣੇ ਪਏ ਐ ਇੱਕ ਪੋਰਟਰੇਟ ਮੋਡ ਦੇ ਲਈ ਤੇ ਗੂਗਲ ਸਿਰਫ ਸੌਫਟਵੇਅਰ ਤੇ ਰਿਹਾ ਸੋ ਇੱਕ ਸੌਫਟਵੇਅਰ ਦੇ ਨਾਲ ਹੀ ਇਹਨਾਂ ਨੇ ਦੋਨਾਂ ਫੋਨਾਂ ਦੇ ਵਿੱਚ ਪਿਕਸਲ 1 ਤੇ ਪਿਕਸਲ 2 ਦੋਨਾਂ ਦੇ ਵਿੱਚ ਇਹਨਾਂ ਨੇ ਪੋਰਟਰੇਟ ਜਿਹੜਾ ਮੋਡ ਸੀਗਾ ਹਨਾ ਉਹ ਪਾਤਾ ਤੇ ਮਤਲਬ ਜਦੋਂ ਫੋਨ ਲਾਂਚ ਹੁੰਦੇ ਆ ਉਹਦੇ ਇੰਨਾ ਚ ਕੋਈ ਪੋਰਟਰੇਟ ਨਾ ਦੀ ਚੀਜ਼ ਨਹੀਂ ਹੁੰਦੀ ਸੋ ਇਹ ਆ ਪਾਵਰ ਸੌਫਟਵੇਅਰ ਦੀ ਦੂਜੀ ਗੱਲ ਜੇ ਕਰੀ ਆਪਾਂ ਪ੍ਰੀਮੀਅਮ ਸੈਗਮੈਂਟ ਦੀ ਜਿਹੜੇ ਗੂਗਲ ਦੇ ਫੋਨ ਆ ਪ੍ਰੀਮੀਅਮ ਸੈਗਮੈਂਟ ਚ ਆਉਂਦੇ ਮਹਿੰਗੇ ਫੋਨ ਤੇ ਸਿਰਫ ਇੱਕੋ ਇੱਕ ਕੰਪਨੀ ਆ ਇਹ Apple Samsung ਤੋਂ ਬਾਅਦ ਜਿਹੜੀ ਆਪਦੇ ਪ੍ਰੀਮੀਅਮ ਫੋਨ ਵੇਚਣ ਦੇ ਵਿੱਚ ਕਾਮਯਾਬ ਹੋ ਸਕੇ ਇਹਨਾਂ ਨੇ ਤਾਂ ਕੋਈ ਆਪਦਾ ਸਸਤਾ ਫੋਨ ਵੀ ਨਹੀਂ ਕੱਢਿਆ ਕਿਸੇ ਟਾਈਮ OnePlus ਇਸ ਕੈਟਾਗਰੀ ਚ ਆਉਂਦਾ ਸੀ ਪਰ OnePlus ਵਾਲਿਆਂ ਨੇ ਜਦੋਂ ਦੀ ਚਵਲ ਮਾਰੀ ਆ ਜੋਦੇ ਉਹ Oppo ਨਮਰਜ ਹੋਏ ਆ ਹਾਲਾਂਕਿ ਸਾਨੂੰ ਪਤਾ ਸੀਗਾ ਕਿ Oppo ਦੀ ਮਤਲਬ ਇੱਕ ਕੰਪਨੀ ਆ ਜਿਵੇਂ ਆਪਾਂ ਚਾਈਨੀਸ ਕੰਪਨੀ ਦੀ ਗੱਲ ਕਰ ਲਈ ਬੀਬੀਕੇ ਗਰੁੱਪ ਹੋ ਗਿਆ ਹਨਾ ਉਹਨਾਂ ਦੇ ਗਾਂਹ ਅੱਗੇ ਦੀ ਅੱਗੇ Oppo Vivo ਆ ਜਾਂਦੇ ਉਹਨਾਂ ਦੇ OnePlus ਆ ਜਾਂਦੇ ਉਹਨਾਂ ਦੇ iQOO ਆ ਜਾਂਦੇ Realme ਵੀ ਉਹਨਾਂ ਦਾ ਹੀ ਆ ਪਰ ਕਿਤਨਾ ਕਿਤੇ OnePlus ਦੀ ਇੱਕ ਵੱਖਰੀ ਪਛਾਣ ਸੀਗੀ ਜਿਹੜਾ ਉਹਦਾ ਆਕਸੀਜਨ ਵਾਸ ਸੀ ਉਹਨਾਂ ਨੇ ਕੀ ਕਰਿਆ ਉਹਨਾਂ ਨੇ Oppo ਦੇ ਨਾਲ ਮਿਕਸ ਕਰਤਾ ਸੋ ਹੁਣ OnePlus ਦੀ ਉਹ ਪਛਾਣ ਜਿਹੜੀ ਪ੍ਰੀਮੀਅਮ ਸੈਗਮੈਂਟ ਵਾਲੀ ਸੀ ਉਹ ਖਤਮ ਹੋ ਚੁੱਕੀ ਆ ਪਰ Google Pixel ਇੱਕ ਉਹ ਇੱਕ ਕੰਪਨੀ ਜਿਹੜੀ 2016 ਦੇ ਵਿੱਚ ਆਉਂਦੀ ਆ ਤੇ ਆਪਦੀ ਅੱਜ Apple Samsung ਦੇ ਬਰਾਬਰ ਦੀ ਪਛਾਣ ਬਣਾ ਲੈਂਦੀ ਆ ਸਿਰਫ ਇਹਨਾਂ ਨੇ ਸੌਫਟਵੇਅਰ ਦਾ ਕਰਕੇ ਚੀਜ਼ ਕੀਤੀ ਆ ਜੇ ਇਹਨਾਂ ਦਾ ਸੌਫਟਵੇਅਰ ਵਧੀਆ ਨਾ ਹੁੰਦਾ ਯੂਨੀਕ ਇਹਨਾਂ ਨਾ ਹੁੰਦਾ ਤਾਂ ਮੇਰਾ ਨਹੀਂ ਖਿਆਲ ਕਿ ਇਹਨਾਂ ਦੀ ਇੰਨੀ ਕੋਈ ਮੰਗ ਹੁੰਦੀ ਫੋਨਾਂ ਦੀ ਅਪਾ ਕਹਿ ਦੰਨੇ ਆ ਪਿਕਸਲ ਫੋਨ ਆ ਜਿਹੜਾ ਉਹ ਸਟਾਕ ਐਂਡਰੋਇਡ ਆ Google Pixel ਸਟਾਕ ਐਂਡਰੋਇਡ ਨਹੀਂ ਹੈਗਾ ਤੁਸੀਂ ਪਿਕਸਲ ਦੀ UI ਦੇਖੋ ਤੇ ਜਿਹੜਾ ਸਟਾਕ ਐਂਡਰੋਇਡ ਆ ਉਹਨੂੰ ਦੇਖੀ ਆ ਉਹਦੇ ਵਿੱਚ ਬਹੁਤ ਫਰਕ ਨੇ ਜਿਹੜੀ ਪਿਕਸਲ ਦੀ UI ਆ ਉਹ Google ਆ ਥੋੜੀ ਜਿਹੀ ਕਸਟਮਾਈਜ਼ ਕਰਕੇ ਬਣਾਉਂਦਾ ਸਟਾਕ ਐਂਡਰੋਇਡ ਨੂੰ ਬਹੁਤ ਸਾਰੇ ਫੀਚਰ ਐ ਇਦਾਂ ਦੇ ਜਿਹੜੇ ਤੁਹਾਨੂੰ ਪਿਕਸਲ ਦੇ ਵਿੱਚ ਤਾਂ ਮਿਲ ਜਾਣਗੇ ਹੋਰ ਕਿਸੇ ਐਂਡਰੋਇਡ ਫੋਨ ਦੇ ਵਿੱਚ ਨਹੀਂ ਮਿਲਣਗੇ ਜੇ ਸਟਾਕ ਐਂਡਰੋਇਡ ਹੀ ਹੋਵੇ ਉਹ ਬਾਕੀ ਫੋਨਾਂ ਦੇ ਵਿੱਚ ਵੀ ਹੋਣ ਹਨਾ ਸੋ ਐ ਪਿਕਸਲ ਦੀ ਜੁਆਈ ਜਿਹੜੀ ਹੈ ਥੋੜੀ ਬਹੁਤੀ ਕਸਟਮਾਈਜ਼ ਕੀਤੀ ਹੁੰਦੀ ਹੈ Google ਦੀ ਆਪ ਦੀ ਬਹੁਤ ਸਾਰੇ ਜਿਹੜੇ ਯੂਨੀਕ ਜੇ ਫੀਚਰ ਹੁੰਦੇ ਆ ਵਧੀਆ ਫੀਚਰ ਹੁੰਦੇ ਆ ਉਹ ਸਿਰਫ Google ਆਪ ਦੀ ਪਿਕਸਲ ਲਾਈਨ ਤੱਕ ਸੀਮਿਤ ਰੱਖਦਾ ਉਹ ਨੂੰ ਅੱਗੇ ਸਟਾਕ Android ਦੇ ਵਿੱਚ ਨਹੀਂ ਲੈ ਕੇ ਆਉਂਦਾ ਸੋ ਇਹ ਤਾਰੀ ਬਾਬੇ Google Pixel brand ਦੀ ਗੱਲ ਹੁਣ ਜੇ ਆਪਾਂ ਦੇਖੀਏ ਕਿ 6 ਸਾਲ ਪੁਰਾਣਾ ਆਫ ਹੋਣਾ ਤੇ 6 ਸਾਲ ਪੁਰਾਣਾ ਹੀ ਆਫ ਹੋਣਾ ਅੱਜ ਦੇ ਟਾਈਮ 'ਚ ਫੋਨ ਕਿੱਥੇ ਐਕਸਟੈਂਡ ਕਰਦੇ ਆ ਜੇ ਸੌਫਟਵੇਅਰ ਅਪਡੇਟ ਦੀ ਗੱਲ ਕਰੀਏ ਤਾਂ ਹਾਂਜੀ ਬਿਲਕੁਲ ਆਈਫੋਨ ਹੋ ਗਿਆ ਚਾਹੇ Google ਹੋ ਗਿਆ ਸੌਫਟਵੇਅਰ ਸਪੋਰਟ ਬਹੁਤ ਵਧੀਆ Android 7 ਤੇ ਆਫ ਹੁਣ ਆਉਂਦਾ ਬਾਅਦ ਤੇ Android 10 ਦਾ ਅਪਡੇਟ ਇਹਨਾਂ ਨੇ ਫੋਨ ਦੇ ਵਿੱਚ ਦਿੱਤਾ ਆਖਰੀ ਅਪਡੇਟ ਜਿਹੜਾ ਸੀਗਾ ਮੇਜਰ ਅਪਡੇਟ ਜਿਹਨੂੰ ਆਪਾਂ ਕਹਿੰਦੇ ਹਾਂ ਹਣਾ ਸੌਫਟਵੇਅਰ ਦਾ ਅਪਡੇਟ ਬਾਕੀ ਜਿਹੜੇ ਸਕਿਉਰਟੀ ਪੈਚ ਦੇ ਅਪਡੇਟ ਆ ਉਹ ਆਉਂਦੇ ਰਹਿੰਦੇ ਆ 3MB ਦਾ ਅਪਡੇਟ ਮੈਂ ਹੁਣੇ ਕਰਕੇ ਆਹ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਤੇ ਉੱਥੇ ਜੇ ਆਪ ਆਈਫੋਨ 7 ਦੀ ਗੱਲ ਕਰੀਏ ਇਹਨਾਂ ਨੇ ਵੀ 15.7 ਤੱਕ ਦਾ iOS ਦਾ ਅਪਡੇਟ ਇਹਦੇ ਵਿੱਚ ਦਿੱਤਾ ਤੇ ਜਿਹੜਾ 16 ਦਾ ਅਪਡੇਟ ਆ ਉਹ ਨੂੰ ਇਹ ਸਪੋਰਟ ਨਹੀਂ ਕਰਦਾ 11 ਦੇ ਤਾਂ ਲਾਸਟ ਅਪਡੇਟ ਸੀ ਹੋਰ ਸਿਕਿਉਰਟੀ ਦੇ ਅਪਡੇਟ ਦਾ ਮੇਰੇ ਖਿਆਲ ਇਹ ਚਾਉਂਦੇ ਰਹਿਣਗੇ ਪਰ iOS ਦਾ ਅਪਡੇਟ ਇੱਚ ਹੋਰ ਨਹੀਂ ਆਉਣਾ ਤੇ ਜੇ ਅੱਜ ਦੇ ਜ਼ਮਾਨੇ 'ਚ ਦੇਖੇ ਬਾਬਾ ਦੋਨੇ ਹੀ ਫੋਨ ਬਹੁਤ ਜਿਆਦੇ ਵਧੀਆ ਨੇ ਹਾਲੇ ਵੀ ਬਹੁਤ ਸਮੂਥ ਚੱਲਦੇ ਨੇ ਚਾਹੇ ਆਪਾਂ ਪਿਕਸਲ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਆਈਫੋਨ ਦੀ ਗੱਲ ਕਰ ਲਈਏ ਤੇ ਜੇ ਮੈਂ ਉਸ ਟਾਈਮ ਦੀ ਟੈਕਨੋਲੋਜੀ ਨੂੰ ਅੱਜ ਦੇ ਸਮੇਂ ਦੇ ਨਾਲ ਕੰਪੇਅਰ ਕਰਾਂ ਤਾਂ ਜਿੱਥੇ ਪਿਕਸਲ ਦੇ ਵਿੱਚ ਆਪਾਂ ਨੂੰ ਐਮੂਲੇਟ ਡਿਸਪਲੇ ਮਿਲਦੀ ਹੈ ਉੱਥੇ ਆਈਫੋਨ ਦੇ ਵਿੱਚ ਐਲਸੀਡੀ ਆ ਕਿਤੇ ਨਾ ਕਿਤੇ ਡਿਸਪਲੇ ਦੇ ਮਾਮਲੇ 'ਚ ਪਿਕਸਲ ਅੱਗੇ ਨਿਕਲ ਜਾਂਦਾ ਹਾਲਾਂਕਿ 2016 ਦਾ ਆਇਆ ਹੋਇਆ ਫੋਨ ਆਈਫੋਨ ਵੀ 2016 ਦਾ ਹੀ ਆ ਪਰ ਇਹਦੇ ਵਿੱਚ ਐਮੂਲੇਟ ਡਿਸਪਲੇ ਨਾਲ ਨੇ ਦਿੱਤੀ ਸੀ ਤੇ ਆਈਫੋਨ ਵਾਲੇ ਉਹ ਤੋਂ ਐਲਸੀਡੀ ਸੀਗੇ ਨਾਮ ਬਦਲ ਕੇ ਰੱਖ ਦਿੰਦੇ ਰੂਟੀਨਾ ਡਿਸਪਲੇ ਫਲਾਨਾ ਤੇ ਓੰਕਾ ਤੇ ਪਰ ਤੇ ਬਾਕੀ ਗੱਲ ਕਰੀਏ ਬਾਬੇ ਉਹ ਕੈਮਰਿਆਂ ਦੀ ਤਾਂ ਸਭ ਤੋਂ ਪਹਿਲਾਂ 12.2 ਮੈਗਾਪਿਕਸਲ ਦਾ ਕੈਮਰਾ ਹੈਗਾ ਆਪਣੇ ਪਿਕ 12 ਮੈਗਾਪਿਕਸਲ ਦੀ ਕੈਮਰਾ ਆਈਫੋਨ 7 ਦਾ ਫੋਟੋ ਦੇ ਮਾਮਲੇ 'ਚ ਮੈਨੂੰ ਪਿਕਸਲ 1 ਜ਼ਿਆਦਾ ਵਧੀਆ ਲੱਗਿਆ ਜਿਹੜੇ ਫੀਚਰ ਆ ਪਿਕਸਲ 1 ਦੇ ਜ਼ਿਆਦਾ ਨਹੀਂ ਚਾਹੀਏ ਆਪਾਂ ਨਾਈਟ ਮੋਡ ਦੀ ਗੱਲ ਕਰੀਏ ਜਾਂ ਆਪਾਂ ਪੋਰਟਰੇਟ ਫੋਟੋਗ੍ਰਾਫੀ ਦੀ ਗੱਲ ਕਰ ਲਈਏ 셀ਫੀ ਕੈਮਰਾ ਮੈਨੂੰ ਪਿਕਸਲ ਦਾ ਜ਼ਿਆਦਾ ਹੀ ਘੈਂਟ ਲੱਗਿਆ ਐਜ਼ ਕੰਪੇਅਰ ਟੂ ਆਈਫੋਨ ਤੇ ਕਿਤੇ ਨਾ ਕਿਤੇ ਫੋਟੋ ਦੀ ਕੁਆਲਿਟੀ ਡਾਇਨਾਮਿਕ ਰੇਂਜ ਮੈਨੂੰ ਵਾਈਫ ਪਿਕਸਲ ਦੀ ਜ਼ਿਆਦਾ ਵਧੀਆ ਲੱਗੀ ਆਈਫੋਨ ਤੋਂ ਤੇ ਆਈਫੋਨ ਦੀ ਮੈਨੂੰ ਵੀਡੀਓ ਕੁਆਲਿਟੀ ਤਾਂ ਦੋਨਾਂ ਦੀ ਬਰਾਬਰ ਲੱਗੀ ਪਰ ਆਈਫੋਨ ਦੀ ਵੀਡੀਓ ਜਿਹੜੀ ਉਹ ਜਿਆਦਾ ਸਟੇਬਲ ਬਣਦੀ ਆ ਪਿਕਸਲ ਦੇ ਮੁਕਾਬਲੇ ਪਿਕਸਲ ਦੀ ਮਤਲਬ ਜੇ ਆਪਾਂ ਵੀਡੀਓ ਦੇਖਦੇ ਆ ਜੇਵਾ ਦੇਖੋ ਤੁਸੀਂ ਦੋਨਾਂ ਦੇ ਵਿੱਚ ਜਿਹੜੀ ਇਮੇਜ ਸਟੇਬਲਾਈਜੇਸ਼ਨ ਆ ਉਹ ਆਫ ਆ ਪਰ ਪਿਕਸਲ ਜਿਹੜਾ ਬਾ ਉਹ ਜਿਆਦਾ ਮਤਲਬ ਵੀਡੀਓ ਇਧਰ ਉਧਰ ਹੋ ਰਹੀ ਆ ਆਈਫੋਨ ਦੀ ਵੀਡੀਓ ਬਹੁਤ ਜਿਆਦਾ ਸਟੇਬਲ ਆ ਸਮੂਦਾ ਪਿਕਸਲ ਦੇ ਮੁਕਾਬਲੇ ਹਾਲਾਂਕਿ ਦੋਨੇ ਫੋਨ 4K 30 FPS ਤੱਕ ਰਿਕਾਰਡ ਕਰਦੇ ਤੇ 1080 ਦੀ ਵੀਡੀਓ ਇਹ 60 FPS ਤੱਕ ਰਿਕਾਰਡ ਕਰਦੇ ਆ ਪਰ ਕਵਾਲਿਟੀ ਦੋਨਾਂ ਦੀ ਤਕਰੀਬਨ ਤਕਰੀਬਨ ਇੱਕੋ ਜੀ ਆ ਪਰ ਪਰ ਪਿਕਸਲ ਦੀ ਵੀਡੀਓ ਜਿਹੜੀ ਉਹ ਸਟੇਬਲ ਬਹੁਤ ਘੱਟ ਆ ਤੇ ਆਈਫੋਨ ਦੀ ਵੀਡੀਓ ਸਟੇਬਲ ਜ਼ਿਆਦਾ ਮੈਨੂੰ ਆਈਫੋਨ ਦੀ ਵੀਡੀਓ ਜ਼ਿਆਦਾ ਘੈਂਟ ਲੱਗੀ ਪਰ ਫੋਟੋ ਦੇ ਮਾਮਲੇ 'ਚ ਡੈਫੀਨਿਟਲੀ ਬਾਬੇ ਪਿਕਸਲ ਬਹੁਤ ਜ਼ਿਆਦਾ ਅੱਗੇ ਚਾਹੇ ਉਹ ਆਪਾਂ ਨਾਈਟ ਮੋਡ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਪੋਰਟਰੇਟ ਫੋਟੋ ਦੀ ਗੱਲ ਕਰ ਲਈਏ ਆ ਆਈਫੋਨ ਦੇ ਵਿੱਚ ਤਾਂ ਫੀਚਰ ਹੈ ਨਹੀਂ ਬਾਕੀ ਜੇ ਆਪਾਂ ਦੋਨਾਂ ਫੋਨਾਂ ਯੂਆਈ ਦੀ ਗੱਲ ਕਰੀਏ ਤਾਂ ਕਿਉਂਕਿ ਮੈਂ ਐਂਡਰੌਇਡ ਯੂਜ਼ਰ ਹਾਂ ਮੈਨੂੰ ਪਿਕਸਲ ਦੀ ਜ਼ਿਆਦਾ ਘੈਂਟ ਲੱਗੂਗੀ ਜਿਹੜ ਜਿਉਂਵਾਲ ਫੋਨਾਂ ਦੀ ਸਮੂਥਨੈਸ ਦੀ ਗੱਲ ਕਰੀਏ ਦੋਨੇ ਫੋਨ ਬਹੁਤ ਵਧੀਆ ਚੱਲ ਰਿਹਾ ਹਲੇ ਵੀ ਬਹੁਤ ਸਮੂਥ ਆ ਪਰ ਆਈਫੋਨ ਥੋੜਾ ਜਿਆਦਾ ਸਮੂਥ ਆ ਪਿਕਸਲ ਕਿਤੇ ਕਿਤੇ ਲੈਗ ਕਰਦਾ ਕਈ ਕਈ ਵਾਰੀ ਆਪਾਂ ਕੋਈ ਐਪਲੀਕੇਸ਼ਨ ਖੋਲਦੇ ਆ ਹਨਾ ਥੋੜਾ ਜਿਹਾ ਟਾਈਮ ਲੈਂਦੀ ਆ ਚਾਹੇ ਆਪਾਂ ਕੈਮਰਾ ਖੋਲਦੇ ਆ ਤੇ ਉਹ ਥੋੜਾ ਜਿਹਾ ਟਾਈਮ ਲੱਗੇ ਖੋਲਦਾ ਫਿਰ ਉਹਦੇ ਵਿੱਚ ਜੇ ਆਪਾਂ ਪੋਰਟਰੇਟ ਮੋਡ ਔਨ ਕਰਦੇ ਆ ਉਹ ਫਿਰ ਥੋੜਾ ਜਿਹਾ ਟਾਈਮ ਲੈਂਦਾ ਕਿ ਫੋਟੋ ਖਿੱਚਣ ਤੋਂ ਬਾਅਦ ਆਪਾਂ ਕਈ ਵਾਰੀ ਫੋਟੋ ਖੋਲਦੇ ਆ ਹਰ ਵਾਰ ਨਹੀਂ ਕਈ ਵਾਰ ਇਹ ਚੀਜ਼ ਹੁੰਦੀ ਆ ਆਈਫੋਨ ਦੇ ਵਿੱਚ ਮੈਨੂੰ ਇੱਕ ਚੀਜ਼ ਬਾਬਿਓ ਨੋਟ ਕਰਨ ਵਾਲੀ ਆ ਜੇ ਆਪਾਂ 2016 ਦੇ ਟਾਈਮ ਤੋਂ ਅੱਜ ਦੇ ਟਾਈਮ ਦਾ ਫੋਨਾਂ ਦੇ ਵਿੱਚ ਜੋ ਫਰਕ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਜਿਹੜੀਆਂ ਅ ਮੋਬਾਈਲ ਕੰਪਨੀਆਂ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਔਖੀ ਬਣਾਤੀ ਐ ਮੈਂ ਸਮਝਦਾ ਆ ਯਾਰ ਫੋਨ ਛੋਟੇ ਛੋਟੇ ਆ ਹਨਾ ਬੜੇ ਚਲਾਉਣੇ ਸੌਖੇ ਆ ਮੈਂ ਹੋ ਗਏ ਕਈ ਦਿਨ ਵਰਤ ਰਿਹਾ ਇਹਨਾਂ ਨੂੰ ਤੇ ਮੈਨੂੰ ਸੋਖੋਦੀ ਹੁਣ ਮੇਰੇ ਕੋਲ ਪਿਕਸਲ 6 ਆ ਜੀ ਤੇ ਵੀਡੀਓ ਰਿਕਾਰਡ ਹੋ ਰਹੀ ਐ ਇਸ ਟਾਈਮ ਤੇ ਉਹ ਚਲਾਉਣਾ ਮੈਨੂੰ ਔਖਾ ਲੱਗਦਾ ਮੇਰਾ ਫੋਨ ਵਰਤ ਕੇ ਦੇਖੇ ਦੋ ਦਿਨ ਮੈਂ ਚੰਗੀ ਤਰ੍ਹਾਂ ਚਲਾਇਆ ਇਹਨਾਂ 'ਚ ਹਰ ਚੀਜ਼ ਉਹ ਚੀਜ਼ ਕੀਤੀ ਫੋਟੋਆਂ ਖਿੱਚੀ ਵੀਡੀਓ ਬਣਾ ਤੇ ਜਾਂ ਵੈਸੇ ਯੂਜ਼ ਕਰ YouTube ਦੇਖਣਾ ਸਭ ਕੁਝ ਕੀਤਾ ਤੇ ਉਸ ਤੋਂ ਬਾਅਦ ਜੋ ਮੈਂ ਆਪਦਾ ਫੋਨ ਚੱਕਦਾ ਸੀਗਾ ਤੇ ਮੈਨੂੰ ਉਹ ਔਖਾ ਲੱਗਦਾ ਸੀ ਚਲਾਉਣਾ ਮਤਲਬ ਵੱਡੇ ਵੱਡੇ ਫੋਨ ਆਪਾਂ ਨੂੰ ਕੰਪਨੀਆਂ ਨੇ ਆਤ ਪਾਤੀ ਆ ਕਿ ਵੱਡੇ ਫੋਨ ਹਨਾ ਦਿਖਾ-ਦਿਖਾ ਕੇ ਵੇਚਦੇ ਪਰ ਕਿਤੇ ਨਾ ਕਿਤੇ ਜਦੋਂ ਛੋਟੇ ਫੋਨ ਸੀਗੇ ਛੋਟਾ ਸਾਈਜ਼ ਸੀ ਜ਼ਿੰਦਗੀ ਸੌਖੀ ਸੀ ਆ ਚਲਾਉਣੇ ਬੜੇ ਸੌਖੇ ਆ ਬੜਾ ਮਤਲਬ ਵਧੀਆ ਜਿਹਾ ਫੀਲ ਹੁੰਦਾ ਛੋਟੇ ਛੋਟੇ ਫੋਨ ਚਲਾਉਣ 'ਚ ਪਰ ਵੱਡਾ ਫੋਨ ਕਿਤੇ ਨਾ ਕਿਤੇ ਚਲਾਉਣਾ ਔਖਾ ਇਹ ਚੀਜ਼ ਜ਼ਰੂਰ ਹੈ ਆਪਾਂ ਕਹਿ ਦਿੰਨੇ ਆ ਕਿ ਕੰਪਨੀ ਨੇ ਵੱਡਾ ਫੋਨ ਕੱਢਿਆ ਏਡੀ ਡਿਸਪਲੇ ਕੱਢਤੀ ਪਰ ਕਿਤੇ ਨਾ ਕਿਤੇ ਜਿਹੜੇ ਛੋਟੇ ਫੋਨ ਸੀਗੇ ਉਹ ਚਲਾਉਣੇ ਜ਼ਿਆਦਾ ਸੌਖੇ ਸੀ ਜੇ ਤੁਸੀਂ ਆਪ ਦਾ ਪਰਸਨਲ ਯੂਜ਼ ਕਰਨਾ ਫੋਨ ਅੱਜ ਵੀ ਇਹ ਫੋਨ ਨੂੰ ਯੂਜ਼ ਕੀਤਾ ਜਾ ਸਕਦਾ ਹੈ ਅੱਜ ਵੀ ਇਹ ਫੋਨ ਨੂੰ ਤੋਂ ਕੰਮ ਲਿਆ ਜਾ ਸਕਦਾ ਚਾਹੇ ਤੁਸੀਂ ਕੈਮਰਾ ਯੂਜ਼ ਕਰਨਾ ਹੋਵੇ ਚਾਹੇ ਤੁਸੀਂ ਵੀਡੀਓ ਬਣਾਉਣੀ ਹੋਵੇ ਚਾਹੇ ਫੋਟੋ ਖਿੱਚਣੀ ਆ ਹੁਣ ਸੋਸ਼ਲ ਮੀਡੀਆ ਤੇ ਅਪਲੋਡ ਕਰਨੀ ਆ ਹੁਣ ਅੱਜ ਵੀ ਇਹ ਫੋਨ ਬਹੁਤ ਜਿਆਦਾ ਵਧੀਆ ਕੰਮ ਕਰਦੇ ਆ ਹੈਰਾਨ ਹੈਰਾਨਗੀ ਹੁੰਦੀ ਹੈ ਮਤਲਬ ਦੇਖ ਕੇ ਕੰਪਨੀਆਂ ਨੇ ਜਿਹੜੀ ਇੱਕ ਵਧੀਆ ਕੰਪਨੀ ਦੀ ਸਪੋਰਟਾ ਅਪਡੇਟ ਸਪੋਰਟਾ ਚਾਹੇ ਕੋਈ ਕੰਪਨੀ ਫੋਨ ਬਣਾਉਂਦੀ ਹੈ ਉਹ ਕਿੰਨੇ ਕੁ ਵਧੀਆ ਕੁਆਲਿਟੀ ਦਾ ਬਣਾਉਂਦੀ ਹੈ ਇੱਥੋਂ ਪਤਾ ਲੱਗਦਾ ਆਪਾਂ ਕਹਿ ਦਿੰਨੇ ਆ ਫਲਾਨੇ ਫੋਨ ਦਾ ਬੜੇਪਾ ਮਾੜਾ ਅੱਗੇ ਮਤਲਬ ਪੰਜਾਬ ਚ ਆਮ ਹੀ ਗੱਲ ਜੀ ਹੁੰਦੀ ਸੀ ਵੀ ਆਈਫੋਨ ਦਾ ਬੜੇਪਾ ਬਹੁਤ ਮਾੜਾ ਨਹੀਂ ਯਾਰ ਆਈਫੋਨ ਬਹੁਤ ਵਧੀਆ ਚੱਲਦੇ ਨੇ ਆਈਫੋਨ ਨੂੰ ਅਪਡੇਟ ਸਪੋਰਟ ਜਿਹੜੀ ਮਿਲਦੀ ਆ ਉਹ ਕਿਤੇ ਨਾ ਕਿਤੇ ਕੰਮ ਕਰਦੀ ਆ ਤੇ ਜੇ ਗੱਲ ਕਰੀਏ ਪਿਕਸ ਆ ਵੀਰੇ ਦੇਖੋ ਇਹ ਫਰਕ ਹੁੰਦਾ ਇੱਕ ਵਧੀਆ ਕੰਪਨੀ ਦਾ ਇੱਕ ਚਾਈਨੀਸ ਕੰਪਨੀ ਦਾ ਪਿਕਸਲ ਫੋਨ 6 ਸਾਲ ਪੁਰਾਣਾ ਤੇ ਇਹਦੇ ਵਿੱਚ ਅੱਜ ਵੀ ਸਿਕਿਉਰਟੀ ਦਾ ਅਪਡੇਟ ਆਇਆ ਚਾਈਨੀਸ ਕੰਪਨੀਆਂ ਭਰਾ ਸ਼ਾਓਮੀ ਵਰਗੇ ਜਿਨ੍ਹਾਂ ਤੁਸੀਂ ਜ਼ਿਕਰ ਕਰਦੇ ਆ ਸਾਲ ਤੋਂ ਸਾਲ ਬਾਅਦ ਫੋਨ ਨੂੰ ਭੁੱਲ ਜਾਂਦੀਆਂ ਨੇ ਕਿ ਅਸੀਂ ਆ ਫੋਨ ਬਣਾਇਆ ਵੀ ਸੀਗਾ ਉਹਨੂੰ ਅਸੀਂ ਅਪਡੇਟ ਵੀ ਦੇਣਾ ਜਾਂ ਐਂਡਰੋਇਡ ਦੇ ਅਪਡੇਟ ਵੀ ਜਿਹੜੇ ਚਾਈਨੀਸ ਕੰਪਨੀਆਂ ਨੇ ਨਾ ਉਹਨਾਂ ਦੇ ਕੋਈ ਸਟੇਬਲ ਨਹੀਂ ਹੈਗੇ ਕਈ ਕੰਪਨੀਆਂ ਤਾਂ ਇਹੋ ਜਿਹਿਆਂ ਨੇ OnePlus ਵਰਗੀਆਂ 2 2 ਜਾਂ 3 ਦੇ ਦਿੰਦੀਆਂ ਨੇ ਪਰ ਕਈ ਕੰਪਨੀਆਂ ਇਹੋ ਜਿਹਿਆਂ ਵੀ ਹੈਗੀਆਂ ਨੇ ਜਿਹੜੀਆਂ ਇੱਕ ਅੱਧਾ ਅਪਡੇਟ ਦੇਣ ਤਾਂ ਵੀ ਠੀਕਾ ਨਹੀਂ ਦਿੰਦੀਆਂ ਤਾਂ ਵੀ ਠੀਕ ਆ ਤੇ ਉਹਨਾਂ ਦਾ ਮਤਲਬ ਕੋਈ ਹੈ ਨਹੀਂ ਤੁਹਾਡਾ ਟਿਕਾਣਾ ਪਿਕਸਲ ਦੇ ਉੱਤੇ ਅਪਡੇਟ ਸਭ ਤੋਂ ਪਹਿਲਾਂ ਆਉਂਦਾ Android ਦਾ ਕਿਉਂਕਿ ਉਹ Google ਦਾ ਆਪ ਦਾ ਤੇ ਉਧਰੋਂ iPhone ਦਾ ਤਾਂ ਚਲੋ ਆਪ ਦਾ ਵੱਖਰਾ ਹੀ ਆ ਹਨਾ ઓਪਰੇਟਿੰਗ ਸਿਸਟਮ ਸੋ ਇਸੇ ਕਰਕੇ ਕਿਤੇ ਨਾ ਕਿਤੇ ਜਿਹੜੇ ਵਧੀਆ ਕੰਪਨੀਆਂ ਦੇ ਫੋਨ ਆ ਉਹ ਜ਼ਿਆਦਾ ਲੰਮਾ ਟਾਈਮ ਚੱਲਦੇ ਆ ਐਜ਼ ਕੰਪੇਅਰ ਟੂ ਜੇ ਆਪਾਂ ਚਾਈਨੀਸ ਕੰਪਨੀ ਦੀ ਗੱਲ ਕਰੀਏ ਕਿਤੇ ਨਾ ਕਿਤੇ ਫੋਨ ਹੰਡਣਯੋਗ ਇਹ ਜ਼ਿਆਦਾ ਹੁੰਦੇ ਆ ਚਾਈਨੈਸ ਕੰਪਨੀਆਂ ਤੋਂ ਤੇ ਹਾਂਜੀ ਇਹ ਅੱਜ ਦੀ ਵੀਡੀਓ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਤੁਹਾਨੂੰ ਦੋਨਾਂ ਚੋਂ ਕਿਹੜਾ ਫੋਨ ਜ਼ਿਆਦਾ ਵਧੀਆ ਲੱਗਦਾ ਪਿਕਸਲ ਜ਼ਿਆਦਾ ਕਹਿਣ ਲੱਗਦਾ ਜਾਂ ਆਈਫੋਨ ਜ਼ਿਆਦਾ ਕਹਿਣ ਲੱਗਦਾ ਮੈਨੂੰ ਦੋਨੇ ਕਹਿਣ ਲੱਗੇ ਪਰ ਪਰਸਨਲੀ ਮੈਨੂੰ ਪਿਕਸਲ ਜ਼ਿਆਦਾ ਵਧੀਆ ਲੱਗਿਆ ਆਈਫੋਨ ਤੋਂ ਕਿਉਂਕਿ ਇੱਕ ਤਾਂ ਮੈਂ ਐਂਡਰੋਇਡ ਯੂਜ਼ਰ ਆ ਦੂਜਾ ਕਿਤੇ ਨਾ ਕਿਤੇ ਮੈਨੂੰ ਪਿਕਸਲ ਦੇ ਕੈਮਰੇ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਆਈਫੋਨ ਦੇ ਮੁਕਾਬਲੇ ਕਿਉਂਕਿ ਆਈਫੋਨ ਦਾ ਮੈਂ ਪਹਿਲਾਂ ਵੀ ਚਲਾ ਕੇ ਦੇਖਿਆ ਸੀਗਾ 7 ਸੋ ਮੈਨੂੰ ਕੋਈ ਤੇ ਪਰ ਪਿਕਸਲ ਦਾ ਕੈਮਰਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਯਾਰ ਨਾਈਟ ਮੂਡ ਜਿਹੜੇ ਮੋਡ ਹੋ ਗਏ ਜਾਂ ਇਹਨਾਂ ਸਭ ਤੋਂ ਖਾਸ ਜਿਹੜਾ ਪੋਰਟਰੇਟ ਮੋਡ ਹੈ ਇੱਕ ਅਪਡੇਟ ਦੇ ਥਰੂ ਦੇ ਦੇਣਾ ਤੇ ਉਹ ਇੰਨਾ ਵਧੀਆ ਉਸ ਤੋਂ ਬਾਅਦ ਪੋਰਟਰੇਟ ਮੋਡ ਕੰਮ ਵੀ ਕਰ ਰਿਹਾ ਇਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਘੈਣ ਲੱਗੀਆਂ ਤੇ ਵੀਡੀਓ ਬਾਬੂ ਕਿਵੇਂ ਲੱਗੀ ਥੱਲੇ ਕਮੈਂਟ ਕਰਕੇ ਦੱਸਿਓ ਕੋਈ ਹੋਰ ਸਵਾਲ ਹੋਵੇ ਆਪਾਂ ਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਪੁਰਾਣੇ ਫੋਨਾਂ ਦੀ ਸੀਰੀਜ਼ ਆਪਾਂ ਸ਼ੁਰੂ ਕਰ ਰਹੇ ਹਾਂ ਪੁਰਾਣੇ ਇਸ ਤੋਂ ਵੀ ਪੁਰਾਣੇ ਫੋਨ ਲੈ ਕੇ ਆਵਾਂਗੇ ਆਈਫੋਨ 5 ਵਰਗਿਆਂ ਦੀ ਵੀ ਗੱਲ ਹੋਊਗੀ ਆਈਫੋ ਤੇ ਜਿਹੜੀ ਅਗਲੀ ਵੀਡੀਓ ਬਾਬੇ ਉਹਦਾ ਵੀ ਜ਼ਿਕਰ ਤੁਹਾਡੇ ਸਾਹਮਣੇ ਥੋੜਾ ਕਰ ਦਿੰਨਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹ ਵੀ ਅਪਲੋਡ ਕਰ ਦਾਂਗੇ ਉਹ ਆ ਰਹੀ ਹੈ ਜੀ Google Pixel 3 ਤੇ iPhone 8 Plus ਤੇ ਇਹ ਫੋਨ ਅੱਜ ਦੇ ਸਮੇਂ 'ਚ ਕਿੱਥੇ ਸਟੈਂਡ ਕਰਦੇ ਆ ਕਿੰਨੇ ਕੁ ਵਧੀਆ ਨੇ ਇਹ ਉਦੋਂ ਦੇ ਤੇ ਹੁਣ ਦੀ ਟੈਕਨੋਲੋਜੀ ਦੇ ਵਿੱਚ ਕੀ ਕੀ ਫਰਕ ਆਇਆ ਉਹਦੀ ਗੱਲਬਾਤ ਕਰਾਂਗੇ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ